ਇਸ ਦੌਰ ਦੇ ਵਿੱਚ ਜੇ ਤੁਹਾਨੂੰ ਅੱਲਾ ਪਾਕ ਦੀ ਜ਼ਾਤ ਕੋਈ ਮੁਖਲਸ ਸੱਜਣ ਦੇ ਛੜੇ ਨਾ, ਕੋਈ ਚੰਗਾ ਦੋਸਤ ਅੱਲਾ ਅਤਾ ਕਰ ਛੜੇ ਨਾ, ਤੇ ਉਹਦੇ ਨਾਲ ਡਰਾਮੇਬਾਜ਼ੀਆਂ ਨਾ ਕਰਿਆ ਕਰੋ, ਉਹਦੇ ਨਾਲ ਚਲਾਕੀਆਂ ਨਾ ਕਰਿਆ ਕਰੋ। ਜਿਹੜਾ ਬੰਦਾ ਤੁਹਾਡੇ ਨਾਲ ਸਿੱਧਾ ਚੱਲਣ ਵਾਲੇ ਨਾ, ਉਹਦੇ ਨਾਲ ਦੋ ਨੰਬਰੀਆਂ ਨਾ ਕਰਿਆ ਕਰੋ। ਇਹ ਗੱਲ ਮੇਰੇ ਜ਼ਿਹਨ ਦੇ ਵਿੱਚ ਰੱਖਿਆ ਜੇ ਹਰ ਬੰਦਾ ਸਮਝਦਾਰ ਹੈ, ਅਕਲਮੰਦ ਦੇ ਰੋਟੀ ਨੂੰ ਝੋਚੀ ਕੋਈ ਨਹੀਂ ਆਉਂਦਾ, ਹਰ ਬੰਦਾ ਸਮਝ ਜਾਂਦਾ ਕਿ ਤੁਸੀਂ ਉਹਦੇ ਨਾਲ ਕੀ ਕਰਦੇ ਹੋ ਪੇ, ਉਹਦੇ ਨਾਲ ਕਿਵੇਂ ਕਿਵੇਂ ਚੱਲਦੇ ਹੋ ਪੇ, ਉਹ ਵੱਖਰੀ ਗੱਲ ਹੈ। ਤੁਹਾਡਾ ਭਰਮ ਰੱਖਣ ਵਾਸਤੇ ਉਹ ਤੁਹਾਨੂੰ ਦੱਸੇ ਜਾਂ ਨਾ ਦੱਸੇ ਇਕੱਲਿਆਂ ਦਾ ਬਾਤ ਹੈ।